ਪੰਜਾਬ ਦੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਲੁਧਿਆਣਾ ਇੰਡਸਟਰੀ ਦੀਆਂ ਮੁਸ਼ਕਲਾਂ ਜਾਣਨ ਦੇ ਲਈ ਖਾਸ ਤੌਰ ਤੇ ਇੰਡਸਟਰੀ ਲਿਸਟ ਨਾਲ ਮੀਟਿੰਗ ਲੈ ਰਹੇ ਹਨ। ਆਓ ਦੇਖਦੇ ਹਾਂ ਇਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਉਠਾਏ ਜਾਂਦੇ ਹਨ। आपने ये फरमाया कि 5 रुपए जिहड़ा यूनिट है मैनीफेस्टो च है और ये 5 रुपए लागू हो चुके है और जे सब मैं ये कहना कि जो असी मैनीफेस्टो च कहा सी कि 5 रुपए यूनिट और अगले 5 साल ਇਹਦੇ ਚ ਇਜ਼ਾਫਾ ਨਹੀਂ ਕਰਾਂਗੇ ਸਰ ਇਜ਼ਾਫਾ ਨਹੀਂ ਕਰਾਂਗੇ ਮੇਰੀ ਬੇਨਤੀ ਸੁਣੋ ਇਹ 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 ਜਿਹੜਾ ਕਿ ਜਿਹੜਾ ਬਿਜਲੀ ਉਹਦੇ ਚ ਜਿਹੜਾ ਕੋਈ ਟੈਕਸ ਵਗੈਰਾ ਦਾ ਕੰਪੋਨੈਂਟ ਹੈ ਉਹ ਅੱਡ ਹੈ ਪਰ ਬਹਰਹਾਲ ਜਿਵੇਂ ਜਿਵੇਂ ਮੈਂ ਕਿਹਾ ਸਰਕਾਰ ਦੀ ਮਜ਼ਬੂਤੀ ਆਏਗੀ ਸਰਕਾਰ ਦਾ ਮਸਲਾ ਜਿਹੜਾ ਹੈ ਸਰਕਾਰ ਦੀ ਜਿਹੜੀ ਅਵਲ ਜਿਹੜੀ ਡਿਊਟੀ ਹੈ ਉਹ ਡਿਊਟੀ ਹੈ ਕਿ ਲੋਕਾਂ ਦੇ ਕਾਰੋਬਾਰ ਵਧਣ ਲੋਕਾਂ ਦੀ ਆਮਦਨ ਦੇ ਵਿੱਚ ਇਜ਼ਾਫਾ ਹੋਵੇ ਲੋਕਾਂ ਦੇ ਜਿਹੜੀ ਕਮਾਈ ਹੈ ਉਹਦੇ 'ਚ ਵਾਧਾ ਹੋਵੇ ਤਾਂ ਟੈਕਸ ਲੈਣਾ ਜਿਹੜਾ ਹੈ ਉਹ ਸੋਲ ਮਕਸਦ ਨਹੀਂ ਹੈ ਬਟ ਮੈਂ ਫਿਰ ਕਹਿੰਦਾ 5 ਰੁਪਏ ਯੂਨਿਟ ਔਰ ਅਗਲੇ 5 ਸਾਲ ਇੰਡਸਟਰੀ ਨੂੰ ਇਜ਼ਾਫਾ ਨਹੀਂ ਹੋਏਗਾ। ਦੇਖੋ ਪੰਜਾਬ ਦੀ ਇੰਡਸਟਰੀ ਜਾਂ ਲੁਧਿਆਣਾ ਦੀ ਇੰਡਸਟਰੀ ਦੀ ਜੋ ਇਸ ਵੇਲੇ ਸਿਚੁਏਸ਼ਨ ਚੱਲਦੀ ਪਈ ਹੈ ਚਾਹੇ ਉਹ ਸਾਈਕਲ ਹੈ ਚਾਹੇ ਉਹ ਹੌਜ਼ਰੀ ਹੈ ਚਾਹੇ ਉਹ ਮਸ਼ੀਨ ਟੂਲ ਹੈ ਚਾਹੇ ਆਟੋ ਪਾਰਟਸ ਹੈ ਕਾਫੀ ਰਿਸੈਸ਼ਨ ਚੱਲਦਾ ਪਿਆ ਹੈ ਔਰ ਸਰਕਾਰ ਦੀਆਂ ਵੀ ਕਈ ਪਾਲਿਸੀਜ਼ ਹੈਗੀਆਂ ਜਿਹੜੀਆਂ ਅਸੀਂ ਟਾਈਮ ਦੇ ਟਾਈਮ ਇਹਨਾਂ ਨੂੰ ਕਹਿੰਦੇ ਰਹਿੰਦੇ ਹਾਂ ਵੀ ਤੁਸੀਂ ਉਹਨਾਂ ਨੂੰ ਚੇਂਜ ਕਰੋ ਜਾਂ ਸਾਡਾ ਇਨਫਰਾਸਟ੍ਰਕਚਰ ਜਿਹੜਾ ਪੰਜਾਬ ਦਾ ਜਾਂ ਲੁਧਿਆਣੇ ਦਾ ਹੈਗਾ ਆ ਇੰਡਸਟਰੀ ਵਾਲੇ ਏਰੀਆ ਦੇ ਵਿੱਚ ਉਹਦੇ ਬਾਰੇ ਵੀ ਕਈ ਵਾਰ ਗੱਲ ਹੁੰਦੀ ਵੀ ਤੁਸੀਂ ਇਹਨੂੰ ਇੰਪਰੂਵ ਕਰੋ ਤਾਂ ਕਿ ਜਿਹੜੇ ਸਾਡੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਕੁਛ ਇਨਵਾਇਰਮੈਂਟਲੀ ਵੀ ਲੱਗੇ ਵੀ ਹਾਂ ਇਹ ਇੰਡਸਟਰੀ ਕਿਤੇ ਵਧੀਆ ਜਗ੍ਹਾ 'ਤੇ ਚੱਲਦੀ ਪਈ ਆ ਤਾਂ ਹੀ ਅਸੀਂ ਇਹਨਾਂ ਨਾਲ ਕੰਮ ਕਰੀਏ। ਸਰਕਾਰ ਨੇ ਬਿਜਲੀ ਰੇਟਾਂ ਵਧਾਉਣ ਵਾਸਤੇ ਜੋ ਨਵਾਂ ਐਲਾਨ ਕੀਤਾ ਹੈ ਇਹ ਇੱਕ ਮਰਦੀ ਇੰਡਸਟਰੀ ਦੇ ਉੱਪਰ ਆਖਰੀ ਕੀਲ ਸਾਬਤ ਹੋ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਕਿ 5 ਰੁਪਏ ਯੂਨਿਟ ਅਸੀਂ ਬਿਜਲੀ ਦੇ ਰਹੇ ਹਾਂ। ਮੈਂ ਪੰਜਾਬ ਸਰਕਾਰ ਨੂੰ ਅਤੇ ਉਹਨਾਂ ਦੇ ਸਾਰੇ ਅਫਸਰਾਂ ਨੂੰ ਰਿਕੁਐਸਟ ਕਰਦਾ ਕਿ ਇੱਕ ਵਾਰੀ ਟੇਬਲ 'ਤੇ ਬੈਠੋ ਕਿਤਾਬਾਂ 'ਚ 5 ਰੁਪਏ ਆ ਰਹੀ ਆ ਅਦਰ ਚਾਰਜਿਸ ਫਿਕਸ ਚਾਰਜਿਸ ਲਗਾ ਕੇ ਮੀਡੀਅਮ ਸਕੇਲ ਨੂੰ ਇਹ ਮਿਨੀਮਮ 9, 9.5, 10 ਰੁਪਏ ਤੱਕ ਬਿਜਲੀ ਪੈ ਰਹੀ ਆ। ਕੁਛ ਕੰਡੀਸ਼ਨ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਕਰਕੇ ਬਿਜਲੀ ਅਸੀਂ 5 ਰੁਪਏ ਨਹੀਂ ਲੈ ਪਾਵਾਂਗੇ ਉਹਨਾਂ ਕੋਲ ਕਦੀ ਵੀ। ਇੱਕ ਲੋਲੀਪੋਪ ਹੈ ਲੋਹੇ ਦਾ ਜਿਹਨੂੰ ਮਰਜ਼ੀ ਤੁਸੀਂ ਚਲੋ ਉਹਨੇ ਕੱਸਣਾ ਨਹੀਂ ਹੈਗਾ। ਹੁਣ ਪੰਜਾਬ ਸਰਕਾਰ ਨੇ ਫਿਰ ਪੈਸੇ ਵਧਾਏ ਨੇ ਜਦੋਂ ਪਹਿਲਾਂ ਹੀ 5 ਰੁਪਏ ਵਾਲੀ ਬਿਜਲੀ 10 ਰੁਪਏ 'ਚ ਲੈ ਰਹੇ ਹਾਂ ਹੋਰ ਪੈਸੇ ਵਧਾ ਦਿਓਗੇ ਅਸੀਂ ਸਿਰਫ ਰੋ ਹੀ ਪਾ ਰਹੇ ਹਾਂ। ਮੈਨੂੰ ਲੱਗਦਾ ਕਿ ਇਹਦਾ ਅਸਰ ਦੂਰ ਗਾਮੀ ਅਸਰ ਆਉਣਗੇ ਅਗਲੀਆਂ ਇਲੈਕਸ਼ਨਾਂ 'ਤੇ। ਸੋ ਅਸੀਂ ਦੇਖਿਆ ਕੈਬਨਿਟ ਮਿਨਿਸਟਰ ਅਤੇ ਵਿੱਤ ਮੰਤਰੀ ਦੁਆਰਾ ਇੰਡਸਟਰੀਅਲ ਨਾਲ ਖਾਸ ਮੀਟਿੰਗ ਕਰਕੇ ਨਵੀਂ ਇੰਡਸਟਰੀ ਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਪਰੰਤੂ ਪੁਰਾਣੇ ਇੰਡਸਟਰੀਅਲਿਸਟ ਦਾ ਕਹਿਣਾ ਹੈ ਕਿ ਜੋ ਪਹਿਲਾਂ ਦੀ ਇੰਡਸਟਰੀ ਚੱਲ ਰਹੀ ਹੈ ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਅਤੇ ਜੋ ਵੀ ਸਰਕਾਰ ਨੇ ਵਾਅਦੇ ਕੀਤੇ ਸੀ ਸਭ ਖੋਖਲੇ ਸਾਬਤ ਹੋ ਰਹੇ ਹਨ। ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਕਿਸ ਤਰ੍ਹਾਂ ਪੂਰੇ ਕਰਦੀ ਹੈ। ਕੈਮਰਾਮੈਨ ਗੋਲਡੀ ਦੇ ਨਾਲ ਅਮਨਦੀਪ ਖਹਿਰਾ, ਟਾਈਮਜ਼ ਪੰਜਾਬ ਟੀਵੀ।